ਇਹ ਨਿੱਕੇ ਨਿੱਕੇ ਬੱਚੇ ਜੋ ਆਪਣੇ ਪਿਤਾ ਦੇ ਅੰਤਿਮ ਸੰਸਕਾਰ 'ਤੇ ਆਏ ਹੋਏ ਨੇ, ਪਰ ਇਹਨਾਂ ਨੂੰ ਪਤਾ ਹੀ ਨਹੀਂ ਕਿ ਇਹ ਕਿਸ ਥਾਂ 'ਤੇ ਨੇ ਅਤੇ ਕੀ ਕਰ ਰਹੇ ਨੇ। ਇਹਨਾਂ ਬੱਚਿਆਂ ਦੇ ਹੱਥ ਦੇ ਵਿੱਚ ਇਹ ਫੁੱਟਬਾਲ ਦੇਖ ਕੇ ਭਾਵੇਂ ਬੱਚੇ ਬੇਹੱਦ ਖੁਸ਼ ਨੇ, ਪਰ ਦੇਖਣ ਵਾਲਿਆਂ ਦਾ ਮਨ ਬਹੁਤ ਦੁਖੀ ਹੈ, ਕਿਉਂਕਿ ਇਹ ਸੰਦੀਪ ਨੰਗਲ ਅੰਬੀਆਂ ਦੇ ਬੱਚੇ ਨੇ ਜਿਹੜੇ ਕਿ ਆਪਣੇ ਪਿਤਾ ਦੇ ਅੰਤਿਮ ਸੰਸਕਾਰ 'ਤੇ ਆਏ ਹੋਏ ਨੇ। ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿੰਨੀਆਂ ਇਹ ਭਾਵੁਕ ਤਸਵੀਰਾਂ ਨੇ। ਬੱਚੇ ਮਾਸੂਮ ਰੱਬ ਦੇ ਸੱਚੇ ਹੁੰਦੇ ਨੇ ਅਤੇ ਇਹਨਾਂ ਨੂੰ ਪਤਾ ਹੀ ਨਹੀਂ ਕਿ ਇੱਥੇ ਹੋ ਕੀ ਰਿਹਾ। ਦੂਸਰੇ ਪਾਸੇ ਇਹ ਜੋ ਤੁਸੀਂ ਲੋਕਾਂ ਦਾ ਇਕੱਠ ਵੇਖ ਰਹੇ ਹੋ, ਇਹ ਸੰਦੀਪ ਨੰਗਲ ਅੰਬੀਆਂ ਨੂੰ ਅੰਤਿਮ ਵਿਦਾਈ ਮੌਕੇ ਇਕੱਠ ਹੋਇਆ ਅਤੇ ਬੱਚੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਮੌਕੇ, ਅੰਤਿਮ ਵਿਦਾਈ ਦੀਆਂ ਰਸਮਾਂ ਮੌਕੇ ਖੇਡ ਰਹੇ ਨੇ। ਇਹ ਛੋਟੇ ਛੋਟੇ ਬੱਚਿਆਂ ਦੀਆਂ ਮਾਸੂਮ ਮਾਸੂਮ ਸ਼ਕਲਾਂ ਦਿਲ ਨੂੰ ਪਸੀਜ ਰਹੀਆਂ ਨੇ ਅਤੇ ਇਹਨਾਂ ਨੂੰ ਵੇਖ ਕੇ ਹੀ ਮੱਲੋ ਮੱਲੀ ਖੁਦ ਹੀ ਰੋਣਾ ਆ ਜਾਂਦਾ ਕਿ ਕਿੱਥੇ ਆਪਣੇ ਪਿਤਾ ਦੀ ਗੋਦੀ ਦੇ ਵਿੱਚ ਖੇਡਦੇ ਸੀ, ਕਿਲਕਾਰੀਆਂ ਮਾਰਦੇ ਸੀ, ਅਤੇ ਕਿੱਥੇ ਅੱਜ ਪਿਤਾ ਛੱਡ ਕੇ ਇੰਨੀ ਦੂਰ ਚਲਿਆ ਗਿਆ ਕਿ ਸ਼ਾਇਦ ਇਹ ਬੱਚੇ ਹੁਣ ਸਿਰਫ ਆਪਣੇ ਪਿਤਾ ਦੀਆਂ ਗੱਲਾਂ ਹੀ ਕਰਨਗੇ, ਕਦੇ ਮਿਲ ਨਹੀਂ ਸਕਣਗੇ। ਸਾਰਾ ਬਚਪਨ ਹੁਣ ਇਹਨਾਂ ਦਾ ਬਿਨਾਂ ਸੰਦੀਪ ਨੰਗਲ ਅੰਬੀਆਂ ਤੋਂ ਹੀ ਬੀਤੇਗਾ। ਤਸਵੀਰਾਂ ਬਹੁਤ ਮਨ ਨੂੰ ਭਾਵੁਕ ਕਰ ਰਹੀਆਂ ਨੇ, ਬਹੁਤ ਮਨ ਨੂੰ ਠੇਸ ਪਹੁੰਚਦੀ ਹੈ ਇਹਨਾਂ ਮਾਸੂਮ ਬੱਚਿਆਂ ਵੱਲ ਵੇਖ ਕੇ ਕਿ ਕਿਸ ਤਰੀਕੇ ਨਾਲ ਮਾਸੂਮ ਜਿਹੇ ਚਿਹਰੇ ਅੱਖਾਂ ਸਾਹਮਣੇ ਘੁੰਮੀ ਜਾਂਦੇ ਨੇ ਅਤੇ ਬਿਲਕੁਲ ਸੰਦੀਪ ਦਾ ਭੁਲੇਖਾ ਪਾ ਰਹੇ ਨੇ।